ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਕਾਫੀ ਦਿਨਾਂ ਦਾ ਵਲੋਗ ਨਹੀਂ ਪਾ ਸਕਿਆ ਕਿਉਂਕਿ ਥੋੜ੍ਹਾ ਜਿਹਾ ਬਿਜ਼ੀ ਸੀ, ਅਤੇ ਇੱਕ ਜਦੋਂ ਵੀ ਮੈਂ ਵਲੋਗ ਸ਼ੂਟ ਕਰਦਾ ਸੀ ਥੋੜ੍ਹਾ ਜਿਹਾ ਸ਼ੂਟ ਹੁੰਦਾ ਸੀ, ਬਾਅਦ 'ਚੋਂ ਕੋਈ ਕੰਟੈਂਟ ਹੀ ਨਹੀਂ ਮਿਲਦਾ ਸੀ। ਸੋ ਮੈਂ ਸੋਚਿਆ ਜੋ ਵੀ ਸ਼ੂਟ ਕੀਤਾ ਕਾਫੀ ਦਿਨਾਂ ਦਾ ਪੁਰਾਣਾ, ਉਹ ਸਾਰਾ ਇੱਕ ਰੀ ਆਪਾਂ ਸਪੇਸ ਫਰੀ ਕਰ ਲਈਏ ਫੋਨ 'ਚੋਂ। ਸੋ ਮੈਂ ਉਹ ਸਾਰਾ ਹੀ ਇੱਕ ਵਲੋਗ 'ਚ ਐਡ ਕਰ ਦੇਣਾ ਹੈ, ਅਤੇ ਉਸ ਤੋਂ ਬਾਅਦ ਆਪਾਂ ਡੇਲੀ ਵਲੋਗ ਫਿਰ ਸ਼ੁਰੂ ਕਰ ਦਿੰਦੇ ਹਾਂ, ਡੇ ਬਾਏ ਡੇ ਪਾਇਆ ਕਰਾਂਗੇ। ਅਤੇ ਹੁਣ ਮੈਂ ਅਸੀਂ ਪੱਠੇ ਲੈਣ, ਪੱਠੇ ਲੈ ਕੇ ਆਪਣੀ ਸਰੋਂ ਪਿੱਛੇ ਪੱਠੇ ਲੈ ਕੇ, ਅਤੇ ਫਿਰ ਆਪਾਂ ਵਲੋਗ ਐਡਿਟ ਕਰਦੇ ਹਾਂ ਅਤੇ ਕਲਿੱਪਾਂ ਐਡ ਕਰਦੇ ਹਾਂ, ਤਾਂ ਦੇਖ ਲਿਓ। ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਸਹੀ ਵਲੋਗ। ਚਲੋ ਜੀ, ਮਿਲਦੇ ਹਾਂ, ਤੁਸੀਂ ਕਰੋ ਇੰਜੋਏ ਵਲੋਗ। ਅਤੇ ਇੱਕ ਹੋਰ ਬੇਨਤੀ ਵੀ, ਲਾਈਕ ਅਤੇ ਕਮੈਂਟ ਕਰ ਦਿਆ ਕਰੋ, ਜਿਨ੍ਹਾਂ ਨੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਸੋ ਥੈਂਕ ਯੂ ਵੀਰੋ ਜਿਨ੍ਹਾਂ ਨੇ ਕੀਤਾ ਸਬਸਕ੍ਰਾਈਬ। ਲਓ ਜੀ ਮਿੱਤਰੋ, ਅੱਜ ਆਪਾਂ ਚੱਲੇ ਹਾਂ ਰੇਂਜਰ ਲੈਣ। ਮੈਂ ਰੇਂਜਰ ਲਿਆ ਸੀ ਅਤੇ ਲੈ ਕੇ ਆਉਂਦੇ ਹਾਂ। ਹਾਂ, ਰੇਂਜਰ ਜਿਹੜਾ ਆਪਾਂ ਲਿਆ ਵਾ, ਪਾ ਲਿਆ ਆਪਾਂ ਪਿੱਛੇ ਟਰੈਕਟਰ ਦੇ, ਲੈ ਕੇ ਚੱਲਦੇ ਘਰ। ਇਹ ਲੰਮਾ ਬੜਾ ਬੜਾ ਧਿਆਨ ਨਾਲ ਖੜਨਾ ਪੈਣਾ, ਆਪਾਂ ਰੋਡ 'ਤੇ ਫਿਰ ਟਰੈਕਟਰ ਰੇਂਜਰ ਕਾਫੀ ਲੰਮਾ ਬੜੇ ਧਿਆਨ ਨਾਲ ਖੜਨਾ ਪੈ ਰਿਹਾ ਹੈ, ਕਿਉਂਕਿ ਕਿੰਨਾ ਵਾਲਾ ਹੁੰਦਾ ਇਹ ਹੈਗਾ ਕੰਨਿਆਂ ਵਾਲਾ ਲਈ। ਮਿਸਤਰੀਆਂ ਮੁਸਤਰੀਆਂ ਨੂੰ ਖਾ ਲੈਂਦੇ ਹਾਂ ਕਿ ਕਿੱਡਾ ਹੈਗਾ ਕਿ ਨਹੀਂ, ਸਿੱਧਾ ਕਰਾ ਲਾਂਗੇ। ਮਾੜਾ ਚੰਗਾ ਮਿਲਦਾ ਪਿਆ ਸੀ, ਕਿ ਵੋਇਸ ਤਾਂ ਮੈਂ ਬੈਕਗਰਾਊਂਡ ਹੀ ਦੇਣੀ ਆ, ਟਰੈਕਟਰ 'ਤੇ ਬਣਦੀ ਵੀ ਨਹੀਂ। ਅਤੇ ਆਹ ਮਿਸਤਰੀ ਕਹਿੰਦਾ ਪਿਆ ਬਾਕੀ ਸਹੀ ਆ, ਮਾੜਾ ਚੰਗਾ ਚੜਾਉਣਾ ਹੀ ਪੈਣਾ ਹੁੰਦਾ ਸਾਈਡ ਲੈਣ 'ਚ। ਮਿਲਦਾ ਪਿਆ ਅਸੀਂ ਲੈ ਲਿਆ, ਕਿਉਂਕਿ ਲੋੜ ਹੀ ਰੇਂਜਰ ਦੀ ਨੇ ਦੇ ਲਿਆ ਕੇ ਮਿਲ ਗਿਆ ਉੱਥੋਂ ਪਵਾੜੀ ਤੋਂ। ਲਓ ਜੀ ਪਹੁੰਚ ਗਏ ਆਪਾਂ ਘਰੇ, ਹੁਣ ਇਹਨੂੰ ਸਾਈਡ 'ਤੇ ਕਰ ਦਿੰਦੇ ਹਾਂ ਆਪਾਂ ਰੇਂਜਰ ਨੂੰ, ਅਤੇ ਟਰੈਕਟਰ ਨੂੰ ਲਾ ਦਿੰਦੇ ਅੰਦਰ। ਅਤੇ ਆਪਣਾ ਰੋਟਾਵੇਟਰ ਅਤੇ ਟਰਾਲੀ ਰੇਂਜਰ ਲਾ ਤਾ। ਹਾਂ ਜੀ, ਟਰੈਕਟਰ ਵੀ ਲਾ ਤਾ ਆਪਾਂ ਅੰਦਰ, ਰੇਂਜਰ ਵੀ ਅੰਦਰ ਰੱਖ ਤਾ ਫੜ ਫੁੜ ਕੇ ਤੂੰ ਧਾ ਕੇ, ਬਾਕੀ ਅੱਗੇ ਵੇਖੋ ਵੀਡੀਓ ਤੁਸੀਂ। ਲਓ ਜੀ ਵੀਰੋ, ਅੱਜ ਆਪਾਂ ਫੋਨ ਅਪਗ੍ਰੇਡ ਕਰਤਾ, ਆਪਾਂ ਨਵਾਂ ਫੋਨ ਲੈਣ ਦਾ, ਨਵਾਂ ਤਾਂ ਨਹੀਂ ਚੱਲਦਾ ਜੀ ਪਰ ਆਪਣੇ ਤਾਂ ਨਵਾਂ ਹੀ ਆ, ਅਤੇ ਦਿਖਾਉਂਦੇ ਹਾਂ ਤੁਹਾਨੂੰ। ਆਹ ਮੇਰੇ ਕੋਲ ਜਿਹੜਾ ਪਹਿਲਾਂ ਸੀ ਇਹ ਸੀ ਆਈਫੋਨ 10, ਅਤੇ ਹੁਣ 11 ਪ੍ਰੋ ਲੈ ਆਉਂਦਾ ਏ, ਦਿਖਾਉਣਾ ਤੁਹਾਨੂੰ। ਆਪਣਾ ਐਂਡਰਾਇਡ ਜਿਹਦੀ ਹਾਲਾਤ ਜ਼ਿਆਦਾ ਮਾੜੀ ਕੀਤੀ ਪਈ ਆ, ਅਤੇ ਆਹ ਜਿਹੜਾ ਆਪਾਂ ਲਿਆਂਦਾ ਹੁਣ 11 ਪ੍ਰੋ, ਸਾਰਾ ਕੁਛ ਵਧੀਆ ਚੱਲਦਾ। ਇਹ ਹੁਣ ਆਪਾਂ ਲਿਆਂਦਾ ਨਵਾਂ, ਓਰੀਜਨਲ ਸਕਰੀਨ ਖੁੱਲ੍ਹਾ ਨਹੀਂ ਬਿਲਕੁਲ ਵੀ, ਬਿਲਕੁਲ ਵਧੀਆ। ਅਤੇ ਇਹ ਹੁਣ ਆਪਾਂ ਲਿਆਂਦਾ, ਹੁਣ ਆਪਾਂ ਸ਼ੂਟ ਕਰਿਆ ਕਰਾਂਗੇ ਇਹਦੇ ਵਿੱਚ ਵਲੋਗ। ਦੱਸਿਓ ਕਿਵੇਂ ਦਾ ਲੱਗਾ ਇਹ, ਕਵਰ ਪਾਉਣ ਵਾਲਾ, ਇੱਕ ਗਾਰਡ ਪਾਉਣ ਵਾਲਾ। ਮੇਰਾ ਇਰਾਦਾ ਕੈਮਰੇ 'ਤੇ ਲੈਂਸ ਲਵਾ ਕੇ ਇਹਨੂੰ 13 ਬਣਾ ਦਈਏ, ਸ਼ੌਂਕ ਪੂਰਾ ਕਰ ਲਈਏ ਉੱਦਾਂ ਹੀ। ਅਤੇ ਐਂਡਰਾਇਡ ਲਓ ਜੀ ਮਿੱਤਰੋ, ਆਹ ਮੈਂ ਸ਼ੂਟ ਕਰ ਰਿਹਾ 11 ਪ੍ਰੋ ਦੇ ਵਿੱਚ ਵੀਡੀਓ, ਅਤੇ ਦੱਸਿਓ ਕਲੈਰਿਟੀ ਕਿਵੇਂ ਦੀ ਆ। ਮੈਨੂੰ ਤਾਂ ਵਧੀਆ ਲੱਗ ਰਹੀ ਆ ਉਹਦੇ ਨਾਲੋਂ। 1080p 30 FPS ਉੱਚੀ, ਅਤੇ ਇਹੋ ਹੀ ਰੈਜੋਲਿਊਸ਼ਨ ਇਹ 'ਚ ਆ, FPS ਵੀ ਸੇਮ, ਬਟ ਕਲੈਰਿਟੀ ਜ਼ਿਆਦਾ ਲੱਗ ਰਹੀ ਆ। ਅਤੇ ਮੈਂ ਦਿਖਾਉਣਾ ਤੁਹਾਨੂੰ ਦੂਸਰੇ ਆਪਣੇ ਐਪਲ ਦੀ ਕੰਡੀਸ਼ਨ ਵੀ, ਵਾਹਵਾ ਦੱਸਿਆ ਆਪਾਂ ਨੂੰ। ਅਤੇ ਹੁਣ ਕੋਈ ਨਹੀਂ, ਇਹਨੂੰ ਸਾਂਭ ਕੇ ਰੱਖਦੇ ਹਾਂ, ਅਤੇ ਬਾਕੀ ਕਲੈਰਿਟੀ 'ਚ ਇੰਪਰੂਵਮੈਂਟ ਹੋਈ, ਹੁਣ ਆਪਾਂ ਇਹਨਾਂ ਵਲੋਗ ਸ਼ੂਟ ਕਰਿਆ ਕਰਾਂਗੇ। ਆਪਣਾ ਪਹਿਲਾ 10
ਇਹਦੀ ਕੰਡੀਸ਼ਨ ਦੇਖ ਸਕਦੇ ਹੋ, ਕਾਫੀ ਮਾੜੀ ਕੀਤੀ ਪਈ। ਪੱਠਿਆਂ ਵਾਲੇ ਬੰਦੇ ਆਪਾਂ ਮਾੜੇ, ਚੱਲਦਾ ਵੀ ਵਧੀਆ, ਸਭ ਕੁਛ ਸਹੀ ਸੀ ਇਹਦਾ ਵੀ, ਕੈਮਰਾ ਕੁਮਰਾ ਟੋਟਲੀ ਸਭ ਵਰਕਿੰਗ। ਬਸ ਵੈਸੇ ਸ਼ੌਂਕ ਨੂੰ ਅਪਗ੍ਰੇਡ ਕਰ ਲਿਆ ਪੁਰਾਣਾ, ਆਪਾਂ ਦੇਖ ਲਿਓ। ਇਹ ਵੀ ਦੇ ਦੇਣਾ ਥੋੜ੍ਹੇ ਦਿਨਾਂ ਤੱਕ, ਆਪਾਂ ਸਹੀ ਚੱਲਦਾ ਇਹ ਵੀ ਵਧੀਆ। ਇਹਦੀ ਸਕਰੀਨ ਚੇਂਜ ਹੋਈ ਸੀ ਪਰ ਹੈ ਓਰੀਜਨਲ ਸੀ, ਆਹ ਗਾਹ ਟੁੱਟਾ ਇਹਦਾ। ਅੱਜ ਮੌਸਮ ਕਿੱਡਾ ਵਧੀਆ ਹੈ, ਬੱਦਲ ਹੋਏ ਪਏ ਆ, ਕਿਰੇ ਕਿਰੇ ਸੂਰਜ ਨੂੰ ਟੱਕਿਆ ਪਿਆ ਬੱਦਲਾਂ ਨੇ। ਲਓ ਜੀ, ਆਪਾਂ ਪਾਵਰ ਬੈਂਕ ਇੱਕ ਔਡਰ ਕੀਤੇ ਸੀ ਐਮਾਜ਼ਨ ਤੋਂ, ਅੱਜ ਆਪਾਂ ਇਹਦੀ ਅਨਬੋਕਸਿੰਗ ਵੀ ਕਰ ਹੀ ਲਈ ਹੈ ਲੱਗਦੇ ਹੱਥ, ਕੇ ਵਲੋਗ ਜੀ ਐਡ ਕਰ ਦੇਣਾ ਸਾਰਾ ਕੁਛ। ਅਤੇ ਹੋਰ ਤਾਂ ਕੁਛ ਮਿਲਿਆ ਨਹੀਂ, ਬਲੇਡ ਨਹੀਂ ਡਏ ਆ, ਸਿੰਗਲ ਇਕੱਲਾ ਬੰਦਾ ਮੈਂ। ਅਤੇ ਕਰਦੇ ਹਾਂ ਟੁੱਟੇ ਪੁੱਟੇ, ਆਪਾਂ ਕਿਹੜੀਆਂ ਅਨਬੋਕਸਿੰਗਾਂ ਕਰਦੇ ਰਹੇ, ਖੋਲ ਖਾਲਦੇ ਹਾਂ ਜਿੱਦਾਂ ਖੁੱਲਦੀਆਂ ਦੇਸੀ ਤਰੀਕਿਆਂ ਨਾਲ। ਆ ਜਾ, ਆਏ ਹਾਏ ਆਏ ਹਾਏ ਹਾਏ, ਅਤੇ ਐਕਟਰਨੀਆਂ ਬੜੀਆਂ ਭਾਈਆਂ। ਅਤੇ ਖੋਲਦੇ ਨੂੰ ਸਿਰੇ ਲਾਇਆ ਪਾਵਰ ਬੈਂਕ, ਤਾਂ ਕਿਹੜੀ ਐਕਟਰਨੀ ਪਾਉਂਦੇ ਹੁੰਦੇ ਆ, ਇਹਨੇ ਪੁੱਠਾ ਹੀ ਕੰਮ ਕੀਤਾ ਪਿਆ। ਅਤੇ ਖੁੱਲ ਜਾ ਇਹਨੂੰ, ਕਿਤੇ ਸਿੰਗਲ ਹੱਥ ਨਾਲ ਔਖਾ ਬਹੁਤ ਹੋ ਰਿਹਾ ਮੈਨੂੰ, ਮੈਨੂੰ ਆਪ ਨੂੰ ਹੱਸਾ ਰਿਹਾ। ਚਲੋ ਕੋਈ ਨਹੀਂ, ਵਧੀਆ ਨਿਕਲ ਆਈ ਆਪਣੀ ਪਾਵਰ। ਮੈਂ ਇਹ ਨਾ, ਮੈਂ ਪਹਿਲਾਂ ਵੀ ਔਡਰ ਕੀਤੀਆਂ ਹੋਈਆਂ ਸੀ, ਤਿੰਨ ਚਾਰ ਪੰਜ ਪਹਿਲਾਂ ਵੀ ਔਡਰ ਕੀਤੀਆਂ, ਕਦੀ ਕੋਈ ਲੈ ਜਾਂਦਾ ਸੀ ਕਦੀ ਕੋਈ ਲੈ ਜਾਂਦਾ, ਫਿਰ ਔਡਰ ਕਰਤੀ। ਬਹੁਤ ਵਧੀਆ ਵਾ, ਸਲਿਮ ਅਤੇ 10,000 mAh, 18 watt ਫਾਸਟ ਚਾਰਜਰ, ਫਾਸਟ ਚਾਰਜਿੰਗ ਕਰਦੀ ਹੈ, 18 watt ਦੀ ਆ, ਇਹਦਾ ਵਾਰੰਟੀ ਕਾਰਡ ਆ। ਅਤੇ ਬਹੁਤ ਵਧੀਆ ਇਹ ਪਈ ਸੀ ਮੈਨੂੰ ਦੇਖ ਕਰਕੇ। ਇਹਦੇ ਟਾਈਪ ਸੀ ਵੀ ਹੈਗਾ, ਮਾਈਕਰੋ ਵੀ ਹੈਗਾ, ਅਤੇ ਨੋਰਮਲ ਜਿਹੜਾ ਆਪਾਂ ਲਾਉਣੇ ਫੋਟੋ ਵੀ ਹੈਗਾ ਵਾ, ਟਾਈਪ ਸੀ ਕੇਬਲ ਆ, ਅਤੇ ਫਾਸਟ ਚਾਰਜਿੰਗ ਹੁੰਦੀ ਹੈ ਅਤੇ ਫਾਸਟ ਚਾਰਜਰ ਕਰ ਦਿੰਦੀ ਆ, ਰਿਵਰਸ ਚਾਰਜਰ ਵੀ ਹੈਗਾ। ਲਓ ਜੀ, ਆਪਾਂ ਤਾਂ ਘੱਟ ਹੀ ਬੈਠੇ ਨੇ, ਆਊਡੀ 'ਚ ਆਪਣੇ ਜੈਕੀ ਊਟੇ ਲਈ ਜਾਂਦਾ, ਵੇਖੋ ਆਪਣਾ ਡੌਕੀ ਬਹੁਤ ਕਿਊਟ ਆ ਦੇ ਲੋਕ। ਸਤਿ ਸ਼੍ਰੀ ਅਕਾਲ ਸਾਰਿਆਂ ਵੀਰਾਂ ਨੂੰ, ਅੱਜ ਆਪਾਂ ਚੱਲੇ ਹਾਂ ਹਰੀਕੇ ਮੱਥਾ ਟੇਕਣ ਬਾਬੇ ਦੇ। ਅੱਜ ਕਹਿੰਦਾ ਡੈਡੀ ਮੈਂ ਗੱਡੀ ਚਲਾਉਣੀ ਹੈ, ਅਤੇ ਡੈਡੀ ਵੀ ਬਹਿ ਗਏ ਆ ਅਤੇ ਗੱਡੀ ਡਰਾਈਵ ਕਰਨਗੇ, ਅਤੇ ਨਿੱਕਾ ਵੀ ਅੱਗੇ ਬਹਿ ਗਿਆ, ਆਪਾਂ ਬਹਿੰਦੇ ਪਿੱਛੇ। ਚਲੋ ਇਹਨਾਂ ਨੂੰ ਡਰਾਈਵ ਕਰਦੇ ਹਾਂ, ਰਾਹ 'ਚ ਮੈਨੂੰ ਪਤਾ ਮੈਨੂੰ ਫੜਾ ਹੀ ਦੇਣੀ ਆ ਕਿਤੇ ਨਾ ਕਿਤੇ। ਚਲੋ ਦੇਖਦੇ ਹਾਂ, ਆ ਗਈ ਫਾਈਨਲੀ ਆਪਣੇ ਹੱਥ ਗੱਡੀ, ਪਤਾ ਜੀ ਆਪਣੇ ਹੱਥ ਆ ਹੀ ਜਾਣੀ ਆ। ਆਪਾਂ ਹਾਈ ਕਿਤੇ ਪਾ ਕੇ ਦੱਬਦੀ ਜਿੰਨੀ ਵੀ ਦੱਬੀ ਜਾਂਦੀ ਆਪਣੇ ਕੋਲ, ਜ਼ਿਆਦਾ ਵੀ ਰਿਸਕ ਨਹੀਂ ਲੈਣਾ ਚਾਹੀਦਾ, ਖਾਲੀ ਵੇਖ ਕੇ ਪਜਾਲੀ ਦੀ ਆ। ਚੱਲਦੇ ਹਾਂ ਗੁਰਦੁਆਰੇ ਦਿਖਾਉਣੇ ਤੁਹਾਨੂੰ, ਡੈਡੀ ਹੁਣੀ ਪ੍ਰਸ਼ਾਦ ਲੈਣ ਗਏ ਆ, ਅਤੇ ਉਹ ਆਉਂਦੇ ਤੁਰੇ ਦੋਵੇਂ ਜਾਣੇ। ਚਲੋ ਚੱਲਦੇ ਹਾਂ, ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਹਾਂ ਹਰੀਕੇ। ਆਹ ਗੁਰਦੁਆਰਾ ਸਾਹਿਬ ਆ, ਤੁਸੀਂ ਦੇਖ ਹੀ ਲਓ, ਨਾ ਪੜ੍ਹ ਲਓ, ਕਾਫੀ ਪੁਰਾਣਾ ਸੁੱਖਿਆ ਹੋਇਆ ਸੀ। ਦੇਖ ਹਾਂ, ਚੱਲ ਆ ਹੀ ਜਾਈਏ। ਵਿਊ ਵੇਖੋ ਕਿੰਨਾ ਗ੍ਰੇਟ ਆ ਰਿਹਾ ਇੱਥੋਂ, ਕਿਆ ਬਾਤਾਂ। ਉਹ ਹਾਈਵੇ ਉੱਧਰ ਅਤੇ ਇੱਧਰ ਪੈਲੀਆਂ, ਬਹੁਤ ਵਧੀਆ ਆ ਰਿਹਾ। ਇੱਥੇ ਕੁਟੀਆ ਵੀ ਇੱਕ, ਤੁਹਾਨੂੰ ਉਹ ਵੀ ਦਿਖਾਉਣੇ ਆ। ਆਹ ਕੁਟੀਆ ਏ, ਇੱਥੇ ਬਾਬਾ ਜੀ ਹੁਣੀ ਤਪੱਸਿਆ ਕਰਦੇ ਰਹੇ ਸੀ ਸ਼ਾਇਦ, ਜਿੰਨਾ ਕੁ ਆਪਾਂ ਨੂੰ ਪਤਾ, ਬਾਕੀ ਜ਼ਿਆਦਾ ਤਾਂ ਪਤਾ ਨਹੀਂ। ਇਹ ਬਹੁਤ ਸੋਹਣੀ ਬਣੀ ਆ, ਥੱਲਿਓਂ ਪੁਰਾਣੀ ਆ, ਉੱਪਰੋਂ ਉਹਨਾਂ ਟੀਨ ਪਾ ਤੀ ਵੀ ਖਰਾਬ ਨਾ ਹੋਵੇ। ਹਾਂ ਬਾਬਾ ਜੀ ਹੁਣੀ ਆ,